ਤੇ ਉਧਰ ਜਲੰਧਰ ਪੁਲਿਸ ਦੀ ਸਪੈਸ਼ਲ ਟੀਮ ਨੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਸਮੇਤ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਫੜਿਆ ਗਿਆ ਮੁਲਜ਼ਮ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਜਲੰਧਰ ਵਿੱਚ ਸਪਲਾਈ ਕਰਦਾ ਸੀ ਤੇ ਇਸ ਸੰਬੰਧ ਵਿੱਚ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਸ ਮੁਲਜ਼ਮ ਨੂੰ ਅਫੀਮ ਸਮੇਤ ਕਾਬੂ ਕੀਤਾ। ਜਤਿੰਦਰ ਦਵੇਦੀ ਜੋ ਕਿ ਆਊਟ ਆਫ ਸਟੇਟ ਦਾ MP ਦਾ ਰਹਿਣ ਵਾਲਾ ਹੈਗਾ, ਉਹਦੇ ਕੋਲੋਂ 675 ਗ੍ਰਾਮ ਜਿਹੜੀ ਹੈ ਅਫੀਮ ਬਰਾਮਦ ਹੋਈ ਹੈ। ਇਹਦਾ ਜਤਿੰਦਰ ਦਵੇਦੀ ਹੈ, ਇਹ ਗੋਲਡਨ ਟੈਂਪਲ ਜਿਹੜੀ ਟ੍ਰੇਨ ਆ ਉਹਦੇ ਵਿੱਚ AC ਕੋਚ ਨੂੰ ਮੈਂਟੀਨੈਂਸ 'ਤੇ ਲੱਗਾ ਹੋਇਆ, ਆਰਜ਼ੀ ਤੌਰ 'ਤੇ ਪ੍ਰਾਈਵੇਟ ਤੌਰ 'ਤੇ ਨੌਕਰੀ ਠੇਕੇ 'ਤੇ ਰੱਖਿਆ ਹੋਇਆ। ਇਹ MP ਤੋਂ ਜਦੋਂ ਗੋਲਡਨ ਟੈਂਪਲ ਟ੍ਰੇਨ ਅੰਮ੍ਰਿਤਸਰ ਲਈ ਆਉਂਦੀ ਹੈ ਅਤੇ ਮਹੀਨੇ ਦੇ ਵਿੱਚ 1-2 ਗੜੇ ਉੱਥੋਂ ਜਿਹੜੀ ਅਫੀਮ ਨਾਲ ਲੈ ਕੇ ਆਉਂਦਾ, ਕਦੇ 1/2 ਕਿਲੋ ਕਦੇ 1 ਕਿਲੋ, ਸਪੈਸ਼ਲ ਇਨਫੋਰਮੇਸ਼ਨ ਅਤੇ ਖੁਫੀਆ ਇਤਲਾਹ ਮਿਲਣ 'ਤੇ ਜਿਹੜਾ ਇਹਨੂੰ ਰੇਲਵੇ ਸਟੇਸ਼ਨ ਦੇ T-ਪੁਆਇੰਟ ਤੋਂ ਕਾਬੂ ਕੀਤਾ ਗਿਆ। ਅਫੀਮ ਇਹਦੇ ਕੋਲ 675 ਬਰਾਮਦ ਕੀਤੀ ਗਈ ਹੈ, ਇਸ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ। ਅੱਗੇ ਨੈਕਸਟ ਪੁੱਛਗਿੱਛ 'ਤੇ ਪਤਾ ਕਰਦੇ ਹਾਂ ਵੀ ਕਿੱਥੋਂ ਲੈ ਕੇ ਆਇਆ, ਕਿਹਨੂੰ ਦੇਣੀ ਸੀ, ਹੋਰ ਕਿੱਥੇ ਕਿੱਥੇ ਦਿੰਦਾ ਰਿਹਾ।